ਫਾਹੇ ਗੋਲੀ ਮਾਰ ਗੋਲੀ ਮਾਰ ਓਏ ਐਸਡੀ ਮਾਰੋ ਇਹ ਜੈਡੀ ਦੀ ਵੀਡੀਓ ਬਣਾਓ ਬਣਾ ਲੈ ਐਸਡੀ ਦੀ ਫੋਟੋ ਆ ਗੋਲੀ ਮਾਰੋ ਆ ਚਾਟਾ ਹੀ ਨਹੀਂ ਜਾਂਦਾ ਮਾਰੋ ਗੋਲੀ ਐਸਡੀ ਨੂੰ ਮੈਂ ਮਾਰ ਮਾਰ ਕੇ ਦੀ ਜਾ ਚਾਟਾ ਐਸਡੀ ਨੂੰ ਮਾਰ ਮਾਰੇ ਓਏ ਜਰਾ ਯਾਰ ਇੱਕ ਮਿੰਟ ਇੱਕ ਫੋਨ ਕਰ ਐਸਡੀ ਨੂੰ ਕੰਮ ਕਰ ਮਾਰੋ ਮਾਰ ਗਈ ਯਾਰ ਯਾਰ ਜੇ ਮੈਂ ਕੀਤਾ ਨਹੀਂ ਆ ਉਹ ਤਲੇ ਆ ਉਹ ਚਾਟਾ ਵੀ ਜਰਾ ਜਰਾ ਯਾਰ ਉਹ ਪਰੇ ਹੋ ਗਿਆ ਸ਼ਬਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਸੋ ਵੀਰੋ ਨੌਜਵਾਨੋ ਬੀਬੀਆਂ ਭੈਣਾਂ ਆ ਜੋ ਵੀਡੀਓ ਤੁਸੀਂ ਵੇਖ ਰਹੇ ਹੋ ਇਹ ਨੌਜਵਾਨ ਦੇ ਨਾਲ ਆ ਕੁੱਤੇ ਸਰਕਾਰੀ ਕੁੱਤੇ ਦੱਲੇ ਸਰਕਾਰ ਦੇ ਪੁਲਿਸ ਵਾਲੇ ਰਾਮ ਦੇ ਮਾਂ ਆਪਣੀ ਦੇ ਯਾਰ ਇਹ ਸਾਲੇ ਧੱਕਾ ਕਰਨ ਡਏ ਆ ਤੇ ਵੀਰੋ ਆ ਜਿਹੜਾ ਧੱਕਾ ਇਸ ਵੀਰ ਨਾਲ ਹੋ ਰਿਹਾ ਇਹ ਤੁਹਾਡੇ ਨਾਲ ਵੀ ਕਦੀ ਨਾ ਕਦੀ ਹੋ ਸਕਦਾ ਹੈ ਕਿਉਂਕਿ ਇਹ ਸਰਕਾਰਾਂ ਦੇ ਦੱਲੇ ਆ ਪੁਲਿਸ ਵਾਲੇ ਜਿਹੜੇ ਸਰਕਾਰਾਂ ਦੇ ਦੱਲੇ ਆ ਇਹਨਾਂ ਦੱਲਿਆਂ ਨੂੰ ਜਵਾਬ ਦਿਓ ਇਹਨਾਂ ਦੱਲਿਆਂ ਦੇ ਕਾਰਵਾਈ ਹੋਵੇ ਜਦੋਂ ਉਹ ਵੀਰ ਪੁੱਛਦਾ ਆ ਕੇ ਮੇਰਾ ਕਸੂਰ ਕੀ ਆ ਜਾਂ ਤਾਂ ਫਿਰ ਉਹਦਾ ਕਸੂਰ ਦੱਸਣ ਵੀ ਹਾਂ ਵੀ ਆਹ ਭਾਈ ਤੇਰਾ ਕਸੂਰ ਆ ਤਾਂ ਕਰਕੇ ਤੈਨੂੰ ਗ੍ਰਿਫਤਾਰ ਕਰ ਰਹੇ ਹਾਂ ਆਪਾਂ ਉਹਦਾ ਕਸੂਰ ਕੋਈ ਨਹੀਂ ਇਹ ਪਾਰਟੀਬਾਜ਼ੀਆਂ ਦੇ ਵਿੱਚ ਇਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਕੀਤਾ ਇਹਨਾਂ ਨੇ ਨੌਜਵਾਨ ਜਿਹੜੇ ਆ ਇਹ ਫਿਰ ਜਦੋਂ ਗੈਂਗਸਟਰ ਬਣਦੇ ਇੱਦਾਂ ਨਹੀਂ ਬਣਦੇ ਆਹ ਸਰਕਾਰਾਂ ਤੋਂ ਆਹ ਲੋਕਾਂ ਤੋਂ ਕੰਜਰਾਂ ਤੋਂ ਆਹ ਜਿਹੜੇ ਤਵੇ ਚੜ੍ਹਦੇ ਨਾ ਸਰਕਾਰਾਂ ਦੇ ਸਰਕਾਰੀ ਕੁੱਤੇ ਪੁਲਿਸ ਮੁਲਾਜ਼ਮ ਇਹੋ ਜਿਹੇ ਬੰਦਿਆਂ ਤੋਂ ਤੰਗ ਆ ਕੇ ਫਿਰ ਇਹੋ ਜਿਹੇ ਨੌਜਵਾਨ ਜਿਹੜੇ ਆ ਨਾ ਫਿਰ ਬਣਦੇ ਆ ਸਮਗਲਰ ਫਿਰ ਬਣਦੇ ਆ ਗੁੰਡੇ ਤੇ ਫਿਰ ਬਣਦੇ ਆ ਗੈਂਗਸਟਰ ਤੇ ਵੀਰ ਜੀ ਸਾਰੇ ਗਰੁੱਪ ਵਾਲੇ ਜਿੰਨੇ ਵੀ ਆ ਜਿਹੜੇ ਜਿਹੜੇ ਵੀਰ ਵਟਸਐਪ ਨਾਲ ਅਟੈਚਮੈਂਟ ਨੇ ਜਿਹੜੇ ਜਿਹੜੇ ਵੀ ਵਟਸਐਪ ਚਲਾਉਂਦੇ ਆ ਇਸ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕੱਢੋ ਕਿ ਸ਼ੇਅਰ ਕਰੋ ਕਿ ਇਹਨਾਂ ਦਾ ਜਲੂਸ ਨਿਕਲੇ ਬੰਦਿਆਂ ਦਾ ਆਹ ਜਿਹੜੇ ਬੰਦੇ ਗ੍ਰਿਫਤਾਰ ਕਰਨ ਡਏ ਆ ਇਹ ਆਪਣੀ ਵਰਦੀ ਦੇ ਜ਼ੋਰ ਤੇ ਕਿਸੇ ਦੇ ਧੀ ਪੁੱਤ ਨੂੰ ਅਗਲੇ ਦੀ ਮਾਂ ਨੇ ਅਗਲੇ ਦੇ ਪਿਓ ਨੇ ਪਤਾ ਨਹੀਂ ਕਿੰਨੇ ਤਕਲੀਫਾਂ ਦੇ ਨਾਲ ਪਾਲਿਆ ਤੇ ਐਡਾ ਜਵਾਨ ਕੀਤਾ ਤੇ ਇਹ ਜਿਹੜੇ ਲੋਕ ਆ ਇਹਨਾਂ ਵਾਸਤੇ ਖੇਡ ਆ ਤੇ ਜਦੋਂ ਇਹਨਾਂ ਦੇ ਬੱਚਿਆਂ ਤੇ ਬਣਦੀਆਂ ਨਾ ਫਿਰ ਇਹਨਾਂ ਨੂੰ ਦੰਦਲਾਂ ਪੈਂਦੀਆਂ ਵਾ ਤੇ ਵੀਰ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਇਸ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕਰੋ ਇੰਨਾ ਜ਼ਿਆਦਾ ਸ਼ੇਅਰ ਕਰੋ ਆਹ ਬੰਦਿਆਂ ਦਾ ਜਲੂਸ ਨਿਕਲੇ
ਇਹਨਾਂ ਨੂੰ ਪੁੱਛਿਆ ਜਾਵੇ ਕਿ ਭਾਈ ਦੱਸੋ ਨੌਜਵਾਨ ਨੂੰ ਕਿਹੜੇ ਕਿਉਂ ਗ੍ਰਿਫਤਾਰ ਕਰਦੇ ਸੀ, ਜੇਕਰ ਵਾਕਈ ਉਹਦਾ ਕੋਈ ਕਸੂਰ ਆ। ਫਿਰ ਇਹਨਾਂ ਨੇ ਜਦੋਂ ਬੰਦੇ ਐਡੀ ਭਰੀ ਪੰਚਾਇਤ ਦੇ ਵਿੱਚ ਗ੍ਰਿਫਤਾਰ ਕਰਨ ਡਏ ਆ, ਫਿਰ ਇਹਨਾਂ ਸਾਹਮਣੇ ਕਿਉਂ ਨਹੀਂ ਬੋਲਿਆ ਕਿ ਜੇ ਇਹ ਆਪਣੇ ਕੋਲੋਂ ਇਹ ਵੀਰ ਤੇ ਕੋਈ ਕੇਸ ਦਰਜ ਕਰਨ ਦਾ ਕੋਈ ਕੇਸ ਪਾਉਣ ਤੇ ਫਿਰ ਇਹਨਾਂ ਦਲਿਆਂ ਦਾ ਜਵਾਬ ਦੇਵੋ, ਇਹਨਾਂ ਨੂੰ ਸਮਝਾਵੋ ਇਹਨਾਂ ਨੂੰ ਚੰਗੀ ਤਰ੍ਹਾਂ। ਜੇ ਇੱਦਾਂ ਨਹੀਂ ਮੰਨਦੇ ਇਹਨਾਂ ਨੂੰ ਜੁੱਤੀ ਨਾ ਮਨਾਓ ਇਹਨਾਂ ਨੂੰ, ਇਹਨਾਂ ਨੇ ਕੁੱਤਿਆਂ ਨੇ ਗੰਦ ਪਾਇਆ। ਸਾਰੇ ਵੀਰਾਂ ਦੇ ਚਰਨਾਂ 'ਚ ਬੇਨਤੀ ਆ ਵੀ ਆਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ, ਇਹ ਮੋਗੇ ਦੀ ਗੱਲ ਆ ਜੀ, ਆਹ ਮੋਗੇ ਦੇ ਵਿੱਚ ਵੀਰ ਨਾਲ ਧੱਕਾ ਹੋ ਰਿਹਾ। ਸੋ ਇਹੋ ਜਿਹੇ ਧੱਕੇ ਜਿਹੜੇ ਆ ਰੋਕੇ ਜਾਣ ਤੇ ਵੀਰ ਜਿਹੜੇ ਸਾਡੇ ਨੌਜਵਾਨ ਵੀਰ ਮਾੜੇ ਕੰਮਾਂ ਵਿੱਚ ਜਾਣੋਂ ਬਚ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ।